ਸ਼ਲੋਕ ਈਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨ ਕਾਮ ਪਤਿਤ ਉਦਾਹਰਣ ਮਨ ਬਸੈ ਨਾਨਕ ਛੂਟੈ ਨਾਮ। ਈਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨ ਕਾਮ, ਪੂਰਨ ਹੋਤ ਨ ਕਾਮ, ਹਾਂਜੀ ਸਤਿਨਾਮ ਗੁਣਾ ਚ ਵਿਆਪਿਆ ਹੋਇਆ ਗੁਣ, ਇਸ ਕਰਕੇ ਕੋਈ ਵੀ ਕੰਮ ਨਹੀਂ ਇਹਦਾ ਸਿਰੇ ਚੜਦਾ, ਨਾ ਤਾਂ ਕੋਈ ਮਾਇਆ ਦਾ ਸਿਰੇ ਚੜਦਾ, ਉਹ ਵੀ ਹੁਕਮ ਨਹੀਂ, ਨਾ ਜਿਹੜਾ ਕੰਮ ਕਰਨਾ ਹੈ ਉਹ ਸਿਰੇ ਚੜਦਾ, ਦੋਵੇਂ ਕੰਮ ਵਿਚਾਲੇ ਲੜਕੇ ਹੋਏ ਨੇ। ਠੀਕ ਹੈ ਜੀ। ਸਾਰੀ ਵੀ ਨਿਰਾਕਾਰੀ ਵੀ ਪਤ ਤੋਂ ਉਦਾਹਰਣ ਮਨ ਬਸੈ, ਬਸੈ ਨਾਨ ਕੋਈ ਛੁੱਟੇ ਛੁੱਟੇ, ਜਿਹੜਾ ਪਤ ਦਾ ਮਨ ਦੇ ਅੰਦਰ ਬਸੈ ਛੁੱਟਣਾ ਛੁਟਕਾਰਾ ਹੋਣਾ ਉਹਦੇ ਨਾਮ ਨਾਲ, ਇਹ ਤੇ ਦੋ ਗੁਣਾਂ ਦੀ ਜਾਂਦਾ ਛੁਟਕਾਰਾ ਕਦੇ ਹੋਵੇ ਵੀਡੀਓ ਗੱਲ ਤਾਂ ਡੋਪ ਕਰ। ਠੀਕ ਹੈ ਜੀ। ਗਲਤ ਜਗ੍ਹਾ ਚਲਿਆ ਗਿਆ, ਗਲਤ ਧਾਰਨਾ ਲਈ ਛੁਟਕਾਰਾ ਨਹੀਂ ਹੋ ਸਕਦਾ ਉਸ ਤਰੀਕੇ ਤੋਂ। ਹਾਂਜੀ ਹਾਂਜੀ। ਪੌੜੀ ਤ੍ਰੋਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ। ਤ੍ਰੋਦਸੀ ਤੀਨ ਤਾਪ ਸੰਸਾਰ, ਸੰਸਾਰ ਦੇ ਵਿੱਚ ਤਾਪ ਨੇ। ਠੀਕ ਹੈ ਜੀ। ਤਿੰਨ ਤਾਪ ਨੇ, ਤਿੰਨ ਜਗ੍ਹਾ ਨੇ, ਤਿੰਨੇ ਜਗ੍ਹਾ ਚਿੰਤਾ ਦੀ ਨੇ। ਤਿੰਨੇ ਭਵਨ ਨੇ, ਤਿੰਨਾਂ ਭਵਨਾਂ ਚ ਚਿੰਤਾ ਹੈ। ਅੱਛਾ ਜੀ। ਲੈ ਜਾਓ ਤਦੋਂ ਸਟੋ ਗਿਆ ਤਿੰਨ ਸਟੇਜਾਂ ਦੇ, ਤਿੰਨਾਂ ਚ ਚਿੰਤਾ ਵਿਆਪੀ ਹੈ, ਚਿੰਤਾ ਤਿੰਨਾਂ ਚੋ ਨਹੀਂ ਮੁੱਕੀ। ਸੰਸਾਰ ਸੱਚ ਹੈ, ਆਪਤ ਜਾਤ ਨਰਕ ਸੁਰਗ, ਆਪਤ ਜਾਤ ਨਰਕ ਸੰਸਾਰ, ਸੁਰਗ ਨਹੀਂ ਆਈ ਨਰਕ ਦੀ ਹੋਈ, ਆਵਤ ਜਾਤ ਨਰਕ ਅਵਤਾਰ। ਹਰ ਹਰ ਭਜਨ ਨਾ ਮਨ ਮਹਿ ਆਇਓ, ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ। ਹਰ ਭਜਨ ਮਨ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ, ਭਜਨ ਹਰ ਦਾ ਭਜਨ ਮਨ ਦੇ ਵਿੱਚ ਆਇਆ ਨਹੀਂ, ਸੁਖ ਸਾਗਰ ਵਿੱਚ ਪਹੁੰਚਿਆ ਨਹੀਂ, ਪ੍ਰਭ ਨਿਮਖ ਇੱਕ ਥੋੜੇ ਜਿਹੇ ਮਿੰਟਾਂ ਵਾਸਤੇ ਵੀ ਪ੍ਰਭ ਗੁਣਗਾਨ ਕੀਤਾ ਜੀ, ਸੁਖ ਸਾਗਰ ਬਿਨਾਂ ਗੁਣਗਾਨ ਨਹੀਂ ਕੀਤਾ ਜਾ ਸਕਦਾ। ਸਾਗਰ ਦੇ ਵਿੱਚ ਜਾਊਗਾ ਤਾਂ ਗੁਣਗਾਨ ਕਰੂਗਾ, ਘਰ ਬਣੂਗਾ ਤਾਂ ਗੁਣ, ਜਬ ਦੇਖੂ ਤਬ ਗਾਵਾਂ, ਜਬ ਦਰਸ਼ਨ ਹੋਊਗਾ ਘਰ ਜਾਊਗਾ ਤਾਂ ਹੀ ਤਾਂ ਗੁਣਗਾਨ ਕਰੂਗਾ, ਇੱਕ ਹੀ ਬੋਲੂਗਾ, ਉਹ ਬੋਲਣੇ ਜੋ ਪੇਖੇ ਅੱਖੀ। ਠੀਕ ਹੈ ਜੀ। ਅੱਖੀ ਦੇਖ ਕੇ ਕੁਛ ਕਰਨੀ, ਅਜੇ ਦੀ ਕੋਈ ਬਣੀ। ਅੱਛਾ ਜੀ। ਇੱਥੇ ਸੁਖ ਸਾਗਰ ਅਲੱਗ ਅੱਖਰ ਹੈ ਜੀ ਪ੍ਰਭ ਨਾਲੋਂ, ਕਿਉਂਕਿ ਪ੍ਰਭ ਤੇ ਔਂਕੜ ਹੈ, ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ। ਸੁਖ ਸਾਗਰ ਹਿਰਦਾ ਹੈ, ਪ੍ਰਭ ਨੇ ਸੁਖ ਸਾਗਰ ਵਾਸਤੇ ਕੁਛ ਨੀ ਦੱਸਿਆ, ਸੁਖ ਸਾਗਰ ਦੇ ਵਿੱਚ ਕੀ, ਸੁਖ ਸਾਗਰ ਦਾ ਕਿਹਾ ਜਾ ਅਨੰਤ ਹੈ, ਉਹਦੇ ਵਾਸਤੇ ਕੁਛ ਨੀ ਦੱਸਿਆ। ਅੱਛਾ ਜੀ। ਤੇ ਉਹਦੇ ਗੁਣ ਨੀ ਦੱਸ। ਠੀਕ ਹੈ ਜੀ। ਸਾਗਰ ਦੇ ਗੁਣ ਦੱਸਦੇ ਜੀ, ਚੱਲ ਗਿਆ ਹੀ ਨੀ ਉੱਥੇ, ਗੁਣ ਕਿਵੇਂ ਦੱਸਦਾ। ਠੀਕ ਹੈ ਜੀ। ਇਹ ਜਿਹੜਾ ਹੈ ਆਵਤ ਜਾਤ ਨਰਕ ਅਵਤਾਰ, ਇਹਦਾ ਮਤਲਬ ਨਰਕ ਚ ਅਵਤਾਰ ਧਾਰ ਰਿਹਾ ਹੈ ਜੀ, ਨਰਕੀ ਅਵਤਾਰ ਨੇ ਜਿੱਥੇ ਮਾਇਆ ਧਾਰੀ ਦੀ। ਅੱਛਾ ਜੀ। ਰਾਜਾ ਵੀ ਨਰਕੀ ਅਵਤਾਰ ਹੈ, ਜੇ ਝੂਠ ਵੱਲ ਨੂੰ ਵੱਧਦਾ ਨਰਕ ਹੈ, ਅੱਛਾ ਜੀ, ਸੱਚ ਵੱਲ ਨੂੰ ਵੱਧਦਾ ਸੁਰਗ ਹੈ। ਵਿਚਾਰ ਧਾਰਾ ਸੱਚਿਆ ਨਹੀਂ ਹੈ, ਸੱਚਿਆਰਾ ਕਰਦੀ ਹੈ, ਵਿਚਾਰਧਾਰਾ ਕੂੜਿਆਰਾ ਕਰਦੀ ਹੈ। ਠੀਕ ਹੈ। ਸੁਰਗ ਕੂੜਿਆਰਾ ਕਰਦੀ ਹੈ, ਜ਼ਿਆਦਾ ਨਰਕ ਹੈ। ਠੀਕ ਹੈ ਜੀ। ਹਰਖ ਸੋਗ ਕਾ ਦੇਹ ਕਰ ਥਾਪਿਓ, ਹਾਂਜੀ, ਦੀਰਘ ਰੋਗ ਮਾਇਆ ਅਸਾਧਿਓ। ਹਰਖ ਸੋਗ ਕਾ ਕਾ ਦੇਹ ਕਰ ਥਾਪਿਓ, ਕੀ ਹੈ ਸਰੀਰ ਹਰਖ ਸੋਗ ਦਾ,
ਤੇ ਹਰ ਕਾਕੇ ਦੇ ਕੋਲ ਹਾਂ ਇਹੀ ਛਪਿਆ ਹੋਇਆ ਹਾਂ ਸਰੀਰ ਠੀਕ ਹੈ ਜੀ ਹਾਂ ਜੀ ਦੀਰਗ ਰੋਗ ਮਾਇਆ ਅਸਾਧਿਓ ਤੇ ਤਰ ਛਪਿਓ ਅਸੋ ਕਰਨ ਛਪੋ ਛਪਿਆ ਹੈ ਛਾਪੜਾ ਦਿੱਤਾ ਹੈ ਅੱਛਾ ਜੀ ਦੀਰਗ ਰੋਗ ਮਾਇਆ ਅਸਾਧਿਓ ਰੋਗ ਦੀਰਗਾ ਮਾਇਆ ਅਸਾਧਿਓ ਅਸਾਧ ਅਸਾਧ ਰੋਗ ਹੈ ਮਾਇਆ ਜਿਹੜਾ ਦੀਰਗ ਰੋਗ ਹੈ ਇਤਨੇ ਦੇ ਨੂੰ ਜਿਹੜਾ ਦੀਰਗ ਰੋਗ ਹੈ ਨਾ ਉਹ ਦੀਰਗ ਰੋਗ ਹੈ ਠੀਕ ਹੈ ਇਹ ਸਾਧਨ ਨਾਲ ਕੋਈ ਨਹੀਂ ਹੈ ਦੀ ਕੋਈ ਇਲਾਜ ਨਹੀਂ ਹੈ ਸਾਧਨ ਨਾਲ ਇਹਦਾ ਇਲਾਜ ਨਹੀਂ ਹੈ ਇਹਦਾ ਇਲਾਜ ਦੋਗ ਠੀਕ ਹੈ ਜੀ ਸਾਧਨ ਨਾਲ ਕਰਦਾ ਰੋਗ ਦੀ ਜਪਦਾ ਰੋਗ ਦਾ ਇਲਾਜ ਹੈ ਇਹਦਾ ਠੀਕ ਹੈ ਸਾਧਨ ਨਾਲ ਇਲਾਜ ਨਹੀਂ ਦਿਨੇ ਵਿਕਾਰ ਕਰਤ ਸ਼ਰਮ ਪਾਇਓ ਨੈਣੀ ਨੀਂਦ ਸੁਪਨ ਬਰੜਾਇਓ ਦੇਖੋ ਮੈਨੂੰ ਜਿੱਤੇ ਚਰਨ ਦਾ ਵਿਕਾਰ ਕਰਦੇ ਨੇ ਇਹ ਗੱਲ ਵੀ ਕੋਈ ਗੱਲ ਨਹੀਂ ਕਰਤ ਸ਼ਰਮ ਪਾਇਓ ਹਾਂਜੀ ਕੀ ਪਾਇਆ ਹੋਇਆ ਮਾਇਆ ਰੰਗ ਇੱਕ ਲੱਗਿਆ ਅੱਛਾ ਜੀ ਦਤਾਰ ਕੰਮ ਹੈ ਪਕਾਰ ਕੰਮ ਹੈ ਕੰਮ ਤੇਰੇ ਦਾ ਹੈ ਸਭਰਾ ਕੰਮ ਦੀ ਠੀਕ ਹੈ ਜੀ ਰਹਿਣੀ ਦੀ ਨਾ ਸੁਪਨ ਬੜਾਇਆ ਮੈਂ ਜੀ ਦੀ ਰਹਿਣੀ ਹੈ ਸੁਪਨ ਨੂੰ ਬੋਲਦਾ ਰਹਿੰਦਾ ਕੁਛ ਕੋਈ ਬੜਾ ਹੁੰਦਾ ਰਹਿੰਦਾ ਠੀਕ ਹੈ ਜੀ ਹਰ ਬਿਸਰਤ ਹੋਵਤ ਇਹ ਹਾਲ ਸ਼ਰਨ ਨਾਨਕ ਪ੍ਰਭ ਪੁਰਖ ਦਿਆਲ ਹਰ ਬਿਸਰਤ ਹੋਵਤ ਇਹ ਹਾਲ ਜਿਹਨੇ ਹਰ ਬਿਸਰਿਆ ਇਹੀ ਹਾਲ ਹੁੰਦਾ ਸਾਰੇ ਨਾਨਕ ਪ੍ਰਭ ਪੁਰਖ ਦਿਆਲ ਉਹਨੇ ਕਹਿੰਦਾ ਮੈਂ ਦਿਆਲ ਪੁਰਖ ਉਹਦੀ ਸਾਡੀ ਜਿਹੜੀ ਹੈ ਉਹ ਦਿਆਲ ਉੱਥੇ ਗਿਆ ਹੈ ਉੱਥੇ ਕੁਛ ਪ੍ਰਾਪਤੀ ਹੈ ਉਹਦੀ ਛੜ ਚੋਂ ਹੀ ਪ੍ਰਾਪਤੀ ਹੈ ਕੁਛ ਦਿਆਲ ਹੈ ਜਿਹੜੀ ਛੜ ਉੱਥੇ ਬਿਲਡਰ ਸੈਂਟਰ ਰਾਸ ਬਿਲਡਰ